ਜੇਕਰ ਤੁਸੀਂ ਜੰਮੂ ਕਸ਼ਮੀਰ ਘੁੰਮਣ ਜਾ ਰਹੇ ਹੋ ਤੇ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਸ਼ਹਿਰ ਦੇ ਨੇੜੇ ਜਿਹੜੀ ਇਹ ਆਰੂ ਵੈਲੀ ਹੈਗੀ ਹੈ, ਜਗ੍ਹਾ ਜ਼ਰੂਰ ਦੇਖਣਾ ਜੀ। ਕਾਫੀ ਸੋਹਣੀ ਅਤੇ ਮਨਮੋਹਕ ਜਿਹੜੀ ਇਹ ਜਗ੍ਹਾ ਹੈਗੀ ਹੈਗੀ। ਇੱਥੇ ਬਰਫ਼ ਨਾਲ ਢੱਕੀਆਂ ਹੋਈਆਂ ਚੋਟੀਆਂ ਦਾ, ਹਰੇ ਭਰੇ ਪਹਾੜਾਂ ਦਾ ਤੇ ਹਰੇ ਭਰੇ ਜਿਹੜੇ ਮੈਦਾਨਾਂ ਦਾ, ਤੇ ਨਾਲ ਹੀ ਸਾਫ਼ ਸੁਥਰੇ ਵਗ ਰਹੇ ਝਰਨਿਆਂ ਦਾ ਜਿਹੜਾ ਸੁਮੇਲ ਤੁਹਾਨੂੰ ਦੇਖਣ ਨੂੰ ਮਿਲੂਗਾ, ਤੇ ਤੁਹਾਡੀਆਂ ਅੱਖਾਂ ਨੂੰ ਕਾਫੀ ਜਿਹੜੀ ਸਕੂਨ ਪਹੁੰਚਾਉਣ ਵਾਲੀ ਇਹ ਵੀਡੀਓ ਹੋਊਗੀ। ਆਖਰ ਤੱਕ ਜ਼ਰੂਰ ਦੇਖਿਓ ਜੀ, ਤੇ ਕੁਝ ਕੁ ਜਾਣਕਾਰੀਆਂ ਜਿਹੜੀਆਂ ਉੱਥੋਂ ਬਾਰੇ ਆਪਾਂ ਇਕੱਤਰ ਕੀਤੀਆਂ ਨੇ ਉਹ ਵੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀਆਂ ਕਰਾਂਗੇ। ਤੇ ਇੱਕ ਗੱਲ ਹੋਰ ਕਿ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਤਾਂ ਜੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰੀਏ ਕਿ ਜਿਹੜਾ ਆਪਾਂ ਕੁਦਰਤੀ ਖੇਤੀ ਸੰਬੰਧੀ ਜਾਂ ਫਲਾਂ ਵਾਲੇ ਪੌਦਿਆਂ ਸੰਬੰਧੀ ਵੀਡੀਓ ਪਾਉਣੇ, ਉਹਦੇ ਨਾਲ ਨਾਲ ਕੁਛ ਕੁ ਕੁਦਰਤ ਸੰਬੰਧੀ ਇੱਦਾਂ ਦੀਆਂ ਵੀਡੀਓ ਵੀ ਆਪਾਂ ਪੇਜ ਦੇ ਉੱਪਰ ਪਾਈਏ, ਜਿਨ੍ਹਾਂ ਦੇ ਨਾਲ ਤੁਹਾਨੂੰ ਦੇਖ ਕੇ ਜਿਹੜਾ ਦਿਲ ਨੂੰ ਸਕੂਨ ਪਹੁੰਚੇ। ਤੇ ਉਮੀਦ ਕਰਦੇ ਅੱਜ ਦੀ ਵੀਡੀਓ ਵੀ ਤੁਹਾਨੂੰ ਵਧੀਆ ਲੱਗੂਗੀ। ਤੇ ਆਰੂ ਬੋਲੀ ਪਹੁੰਚਣ ਲਈ ਜੇਕਰ ਤੁਸੀਂ ਆਪਣੀ ਕਾਰ ਤੇ ਗਏ ਹੋ ਤਾਂ ਪਹਿਲਗਾਮ ਤੋਂ ਜਿਹੜਾ 8 ਤੋਂ 10 ਕਿਲੋਮੀਟਰ ਦਾ ਪਿੰਡ ਆ ਤੁਹਾਨੂੰ ਤੈਅ ਕਰਨਾ ਪਊਗਾ, ਤੇ ਉੱਥੇ ਪਾਰਕਿੰਗ ਵਗੈਰਾ ਦੀ ਸੁਵਿਧਾ ਹੈਗੀ ਹੈ, ਪਰ ਜਿਹੜਾ ਜ਼ਿਆਦਾ ਰਸ਼ ਹੋਣ ਕਰਕੇ ਜਿਹੜੀ ਪਾਰਕਿੰਗ ਕਾਫੀ ਉੱਥੇ ਭਰ ਜਾਂਦੀ ਹੈ ਤੇ ਉਹਦੇ ਕਰਕੇ ਥੋੜ੍ਹੀ ਪ੍ਰੋਬਲਮ ਆਉਂਦੀ ਹੈ। ਤਾਂ ਕਰਕੇ ਕੋਸ਼ਿਸ਼ ਇਹ ਰੱਖਿਓ ਕਿ ਜਿਹੜਾ ਤੁਸੀਂ ਸਵੇਰ ਦੇ ਵੇਲੇ ਸਦਿਆਂ ਸਦਿਆਂ ਜਾਓ ਤੇ ਉੱਥੋਂ ਦੇ ਜਿਹੜੇ ਮਨਮੋਹਕ ਦ੍ਰਿਸ਼ ਨੇ ਉਹਨਾਂ ਦਾ ਆਨੰਦ ਮਾਣੋ। ਤੇ ਦੂਸਰਾ ਉੱਥੋਂ ਜਿਹੜਾ ਪੋਨੀ ਰਾਈਡ ਲਈ ਹੈਗਾ ਗਾ, ਪੋਨੀ ਰਾਈਡ ਦਾ ਇਹ ਹੈ ਕਿ ਜਿਹੜੀਆਂ ਖੱਚਰਾਂ ਦੁਆਰਾ ਤੁਹਾਨੂੰ ਪਹਾੜਾਂ ਦੇ ਉੱਤੇ ਲਿਜਾਇਆ ਜਾਂਦਾ ਗਾ, ਤੇ ਕਾਫੀ ਸਾਰੇ ਜਿਹੜੇ ਵਿਊ ਪੁਆਇੰਟ ਦਿਖਾਉਣ ਦੀ ਗੱਲ ਕਹੀ ਜਾਂਦੀ ਹੈਗੀ। ਉਹਨਾਂ ਦੇ ਵਿੱਚ ਥੋੜੇ ਬਹੁਤੇ ਜਿਹੜੇ ਵਿਊ ਪੁਆਇੰਟ ਦੇਖਣ ਨੂੰ ਵੀ ਮਿਲਦੇ ਨੇ। ਜੇਕਰ ਤੁਹਾਡੇ ਨਾਲ ਕੋਈ ਜ਼ਿਆਦਾ ਛੋਟਾ ਬੱਚਾ ਜਾਂ ਬਜ਼ੁਰਗ ਨੇ ਤਾਂ ਤੁਸੀਂ ਉਹ ਪੋਨੀ ਰਾਈਡ ਲੈ ਸਕਦੇ ਹੋ, ਨਹੀਂ ਤਾਂ ਤੁਸੀਂ ਨੇੜੇ ਤੇੜੇ ਜਿਹੜਾ ਪੈਦਲ ਤੁਰ ਕੇ ਵੀ ਉੱਥੋਂ ਦੇ ਕਾਫੀ ਸਾਰੇ ਨਜ਼ਾਰਿਆਂ ਦਾ ਆਨੰਦ ਜਿਹੜਾ ਮਾਣ ਸਕਦੇ ਹੋ ਜੀ। ਤੇ ਇੱਥੇ ਆਪਾਂ ਵੀ 1 ਘੰਟੇ ਦੀ ਟ੍ਰੈਕਿੰਗ ਕਰਕੇ ਉੱਪਰ ਗਏ ਸੀਗੇ, ਉੱਪਰ ਵੀ ਵੈਲੀ ਕਾਫੀ ਸੋਹਣੀ ਹੈਗੀ, ਕਾਫੀ ਹਰੇ ਭਰੇ ਮੈਦਾਨ ਨੇਗੇ। ਤੇ ਕੁਛ ਕੁ ਉੱਥੇ ਆਪਾਂ ਨੂੰ ਲੋਕਲ ਲੋਕ ਮਿਲੇ ਸੀਗੇ ਜਿਹੜੇ ਕਿ ਉੱਪਰ ਬਰਫ਼ ਪੈਣ ਤੋਂ ਬਾਅਦ ਜਿਹੜਾ ਉਹਨਾਂ ਦੇ ਉੱਥੇ ਘਰ ਜਾਂ ਉਹਨਾਂ ਦੇ ਪਿੰਡ ਢੱਕੇ ਜਾਂਦੇ ਨੇਗੇ, ਉਹਨਾਂ ਤੋਂ ਬਾਅਦ ਉਹ ਇੱਥੇ ਆਰਜ਼ੀ ਤੌਰ ਤੇ ਜਿਹੜਾ ਰਹਿਣ ਲਈ ਉਹ ਨੀਚੇ ਆਰੂ ਵੈਲੀ ਦੇ ਨੇੜੇ ਆਪਣੇ ਟੈਂਪਰੇਰੀ ਘਰ ਬਣਾ ਕੇ ਰਹਿੰਦੇ ਨੇਗੇ, ਤੇ 3 ਕੁ ਮਹੀਨੇ ਇੱਥੇ ਲਾਉਂਦੇ ਨੇ, ਬਾਕੀ ਸਾਲ ਦਾ ਸਮਾਂ ਜਿਹੜਾ ਉਹ ਉੱਥੇ ਆਪਣੇ ਦੁਬਾਰਾ ਪਿੰਡ ਜਾ ਕੇ ਬਤੀਤ ਕਰਦੇ ਨੇ ਜੀ। ਇੱਥੋਂ 3-4 ਘੰਟਿਆਂ ਦੀ ਚੜ੍ਹਾਈ ਤੋਂ ਤੁਹਾਨੂੰ ਬਰਫ਼ ਮਿਲ ਜਾਂਦੀ ਹੈਗੀ, ਕਿਉਂਕਿ ਇੱਥੋਂ 3-4 ਟਰੈਕ ਚੱਲਦੇ ਨੇ। ਇੱਕ ਕਾਲਾ ਹੋਈ ਟਰੈਕ, ਕਾਲਾ ਹੋਈ ਕੋਲਾ ਹੋਈ ਨਾਮ ਤੋਂ ਜਿਹੜਾ ਕੋਲਾ ਹੋਈ ਗਲੇਸ਼ੀਅਰ ਨਾਮ ਤੋਂ ਟਰੈਕ ਹੈਗਾ ਗਾ, ਉਸ ਸਾਈਡ ਤੋਂ ਹੀ ਜਾ ਸਕਦੇ ਹੋ। ਤਰਾਸਰ ਲੇਕ, ਮਨਾਸਰ ਲੇਕ, ਇਹ ਟਰੈਕ ਵੀ ਜਿਹੜੇ ਇੱਥੋਂ ਸ਼ੁਰੂ ਹੁੰਦੇ ਨੇ ਆਰੂ ਵੈਲੀ ਤੋਂ, ਤੇ ਤੁਸੀਂ ਦੇਖ ਸਕਦੇ ਹੋ ਕਾਫੀ ਪੁਰਾਣੀ ਜਿਹੜੀ ਸਟਰਕਚਰ ਲੱਕੜਾਂ ਨਾਲ ਬਣਾਈ ਗਈ, ਉੱਪਰ ਮਿੱਟੀ ਪਾ ਕੇ ਢੱਕਿਆ ਹੋਇਆ ਸੀ। ਇਹ ਬਰਫ਼ ਪੈਣ ਦੌਰਾਨ ਜਿਹੜੇ ਪਸ਼ੂ ਇੱਥੇ ਆਪਣਾ ਆਸਰਾ ਲੈਂਦੇ ਨੇਗੇ, ਤੇ ਕਾਫੀ ਸਾਰੇ ਜਿਹੜੇ ਝਰਨੇ ਵੀ ਇੱਥੇ ਵਗਦੇ ਨੇਗੇ ਉਹ ਵੀ ਤੁਹਾਨੂੰ ਦੇਖਣ ਨੂੰ ਇੱਥੇ ਮਿਲਣਗੇ। ਕਾਫੀ ਸੋਹਣਾ ਤੇ ਮਨਮੋਹਕ ਦ੍ਰਿਸ਼ ਜਿਹੜਾ ਇੱਥੇ ਦੇਖਣ ਨੂੰ ਤੁਹਾਨੂੰ ਮਿਲੂਗਾ। ਇੱਕ ਪੋਨੀ ਰਾਈਡ ਦੀ ਜਦੋਂ ਗੱਲ ਕਰਨਗੇ ਤੁਹਾਡੇ ਨਾਲ ਤਾਂ ਉਹਦੇ 'ਚ ਗੁਫਾ ਦਿਖਾਉਣ ਦੀ ਗੱਲ ਕਰਨਗੇ, ਤੇ ਉਹ ਗੁਫਾ ਇਹ ਹੈਗੀ ਜਿਹੜੀ ਕਿ 15-20 ਮਿੰਟ ਪੈਦਲ ਚੱਲ ਕੇ ਤੁਸੀਂ ਦੇਖ ਸਕਦੇ ਹੋ। ਤੇ ਇਸ ਤਰ੍ਹਾਂ ਦੇ ਥੋੜ੍ਹੇ ਬਹੁਤੇ ਜਿਹੜੇ ਉੱਥੇ ਚੀਜ਼ਾਂ ਤੋਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈਗੀ, ਤਾਂ ਜੋ ਜਿਹੜਾ ਤੁਸੀਂ ਆਪਣਾ ਪੈਸਾ ਅਤੇ ਸਮਾਂ ਆ ਦੋਨੇ ਚੀਜ਼ਾਂ ਬਚਾ ਸਕੋ। ਇਸ ਤੋਂ ਇਲਾਵਾ ਜਿਹੜੇ ਆ ਕਾਫੀ ਤਰ੍ਹਾਂ ਦੇ ਪਹਾੜ ਤੁਹਾਨੂੰ ਉੱਥੇ ਦੇਖਣ ਨੂੰ ਮਿਲਣਗੇ, ਜਿਹਦੇ ਵਿੱਚ ਕੱਚੇ ਤੇ ਹਰੇ ਭਰੇ ਤੇ ਆਪਣੇ ਬਰਫ਼ ਨਾਲ ਲੱਦੇ ਹੋਏ ਜਿਹੜੇ ਇਸ ਤਰ੍ਹਾਂ ਦੇ ਸਾਰੇ ਪਹਾੜ ਤੁਹਾਨੂੰ ਉੱਥੇ ਦੇਖਣ ਨੂੰ ਮਿਲਣਗੇ। ਤੇ ਜੇ ਕੋਈ ਇਸ ਚੀਜ਼ ਸੰਬੰਧੀ ਤੁਹਾਡਾ ਸਵਾਲ ਹੋਵੇ ਤਾਂ ਆਪਾਂ ਤੁਹਾਨੂੰ ਜਿਹੜਾ ਦੱਸਣ ਦੀ ਕੋਸ਼ਿਸ਼ ਕਰਾਂਗੇ, ਜਿੰਨੀ ਕੁ ਜਾਣਕਾਰੀ ਆਪਾਂ ਨੂੰ ਉੱਥੋਂ ਇਕੱਤਰ ਹੋਈ ਹੈਗੀ।
ਤੇ ਇੱਕ ਖਾਣਾ ਵਗੈਰਾ ਦਾ ਜਿਹੜਾ ਉੱਥੇ ਥੋੜੀ ਜਿਹੀ ਇਹ ਹੈਗਾ ਵੀ ਆਪਸ਼ਨਾਂ ਘੱਟ ਨਹੀਂ ਹੈ। ਜੇਕਰ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੋ ਤਾਂ ਤੁਸੀਂ ਪਹਿਲਗਾਮ ਸ਼ਹਿਰ ਦੇ ਵਿੱਚੋਂ ਜਿਹੜਾ ਖਾਣਾ ਪੀਣਾ ਵਧੀਆ ਖਾ ਸਕਦੇ ਹੋਗੇ। ਵੈਸੇ ਕੁਛ ਕੁ ਰੈਸਟੋਰੈਂਟ ਉੱਥੇ ਵੀ ਹੈਗੇ ਨੇ, ਪਰ ਜਿੰਨਾ ਕੁ ਤੁਹਾਨੂੰ ਪਹਿਲਗਾਮ ਜ਼ਿਆਦਾ ਵਧੀਆ ਖਾਣਾ ਮਿਲੂਗਾ ਉਨਾ ਉੱਥੇ ਮਿਲਣਾ ਜਿਹੜਾ ਸੰਭਵ ਨਹੀਂ ਹੈਗਾ ਗਾ। ਇਸ ਲਈ ਤੁਸੀਂ ਇਸ ਗੱਲ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਗਾ। ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ, ਤੇ ਆਖਰ ਦੇ ਵਿੱਚ ਇਹ ਆਪਾਂ ਨੂੰ ਜਿਹੜਾ ਉੱਥੇ ਲੋਕਲ ਬੱਚਾ ਮਿਲਿਆ ਸੀ ਇਹਦੇ ਦੁਆਰਾ ਤੁਹਾਨੂੰ ਸਲਾਮ ਤੇ ਸਾਡੇ ਦੁਆਰਾ ਵੀ ਸਤਿ ਸ਼੍ਰੀ ਅਕਾਲ ਜੀ, ਤੇ ਸਾਰਿਆਂ ਨੂੰ ਬਾਏ ਬਾਏ। ਉਮੀਦ ਕਰਦੇ